ਖਬਰ ਦਿੱਲੀ ਤੋਂ ਹੈ ਜਿੱਥੇ ਜੂਲਸ ਆਫ ਪੰਜਾਬ ਨਾਂ ਦੇ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ। ਜੂਲਸ ਆਫ ਪੰਜਾਬ ਵਿੱਚ ਦੁਨੀਆ ਭਰ ਦੇ ਉਹਨਾਂ ਲੋਕਾਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵੱਖ-ਵੱਖ ਖੇਤਰਾਂ ਦੇ ਵਿੱਚ ਬਿਹਤਰ ਕੰਮ ਕਰਦਿਆਂ ਹੋਇਆਂ ਉਪਲਬਧੀ ਹਾਸਲ ਕੀਤੀ ਹੈ। ਇਸ ਮੌਕੇ ਪੀਟੀਸੀ ਨੈਟਵਰਕ ਦੇ ਐਮਡੀ ਅਤੇ ਪ੍ਰੈਜ਼ੀਡੈਂਟ ਰਵਿੰਦਰ ਨਾਰਾਇਣ ਨੂੰ ਵੀ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਪਾਏ ਯੋਗਦਾਨ ਦੇ ਮੱਦੇਨਜ਼ਰ ਸਨਮਾਨਿਤ ਕੀਤਾ ਗਿਆ। ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਉਹਨਾਂ ਨੂੰ ਜੂਲਸ ਆਫ ਪੰਜਾਬ ਦੇ ਇਸ ਵਿਸ਼ੇਸ਼ ਅਵਾਰਡ ਨਾਲ ਨਵਾਜ਼ਿਆ। ਇਸ ਅਵਾਰਡ ਨੂੰ ਰਵਿੰਦਰ ਨਾਰਾਇਣ ਨੇ ਪੀਟੀਸੀ ਦੇ ਦਰਸ਼ਕਾਂ ਅਤੇ ਮੁਲਾਜ਼ਮਾਂ ਨੂੰ ਸਮਰਪਿਤ ਕੀਤਾ। ਇਸ ਵਿਸ਼ੇਸ਼ ਸਮਾਗਮ ਦੌਰਾਨ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਦੇ ਪ੍ਰਧਾਨ ਵਿਕਰਮਜੀਤ ਸਿੰਘ ਸਾਹਨੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਉਸ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਅਵਾਰਡ ਸਮਾਗਮ ਕੀਤਾ ਹੈ ਜਿਸ ਵਿੱਚ ਉਹਨਾਂ ਹਸਤੀਆਂ ਨੂੰ ਨਵਾਜ਼ਿਆ ਗਿਆ ਜਿਨ੍ਹਾਂ ਆਪਣੀ ਮਿਹਨਤ ਸਦਕਾ ਸਮਾਜ ਵਿੱਚ ਆਪਣੀ ਪਛਾਣ ਬਣਾਈ ਹੈ। ਇਹ ਸਾਰਾ ਸਨਮਾਨ ਉਹਨਾਂ ਸਭ ਪੰਜਾਬੀਆਂ ਦਾ ਹੈ ਜਿਹੜੇ ਸਵੇਰੇ ਤੋਂ ਲੈ ਕੇ ਰਾਤ ਤੱਕ ਪੀਟੀਸੀ ਨੈਟਵਰਕ ਦੇ ਨਾਲ ਜੁੜੇ ਰਹਿੰਦੇ ਆ। ਉਹਨਾਂ ਸਾਰਿਆਂ ਦਾ ਹੈ ਜਿਹੜੇ ਪੀਟੀਸੀ ਨੈਟਵਰਕ ਵਿੱਚ ਕੰਮ ਕਰਦੇ ਨੇ, ਮਿਹਨਤ ਕਰਦੇ ਨੇ ਅਤੇ ਦੁਨੀਆ ਦੇ ਹਰ ਪੰਜਾਬੀ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਜੋੜ ਕੇ ਰੱਖਦੇ ਨੇ। ਇਹ ਸਨਮਾਨ ਉਹਨਾਂ ਦਾ ਹੈ ਲਗਾਤਾਰ ਮੱਲਾ ਮਾਰ ਰਿਹਾ ਪੀਟੀਸੀ ਅੱਗੇ ਤੋਂ ਕਿਉਂਕਿ ਪੀਟੀਸੀ ਮਿਹਨਤ ਕਰਦਾ ਹੈ, ਜੋ ਜਜ਼ਬਾ ਪੰਜਾਬੀਅਤ ਦਾ ਹੈਗਾ ਉਹਦਾ ਉਹਦੇ ਨਾਲ ਉਸੇ ਸਪਿਰਿਟ ਨਾਲ ਉਸੇ ਜਜ਼ਬੇ ਨਾਲ ਦਿਨ ਰਾਤ ਲੱਗਿਆ ਰਹਿੰਦਾ ਹੈ ਕਿ ਪੰਜਾਬੀ ਕਿਸੇ ਤੋਂ 19 ਨਾ ਹੋਣ, 20 ਰਹਿਣ। 2020 ਚੱਲੇ ਆਪਾਂ ਤਾਂ 20 ਰਹਿਣਾ ਚਾਹੀਦਾ ਸਭ। ਜੂਲ ਆਫ ਪੰਜਾਬ ਸੈਕਿੰਡ ਐਡੀਸ਼ਨ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਨੇ ਮਨੀਸ਼ ਮੀਡੀਆ ਦੇ ਨਾਲ ਮਿਲ ਕੇ ਜੋ ਇਹ ਪ੍ਰੋਗਰਾਮ ਆਯੋਜਿਤ ਕੀਤਾ ਦਿੱਲੀ ਦੇ ਅਸ਼ੋਕ ਹੋਟਲ ਜਿੱਥੇ ਭਾਰਤ ਦੇ ਭੂਤਪੂਰਵ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਨੇ ਸ਼ਿਰਕਤ ਕੀਤੀ ਔਰ ਨਾਲ ਹੀ ਬਹੁਤ ਉੱਘੀਆਂ ਪਰਸਨੈਲਿਟੀ ਫਸਟ ਸਿੱਖ ਚੀਫ ਜਸਟਿਸ ਆਫ ਇੰਡੀਆ ਚੀਫ ਜਸਟਿਸ ਜਸਟਿਸ ਕੇਹਰ ਔਰ ਫਾਰਮਰ ਚੀਫ ਆਫ ਆਰਮੀ ਸਟਾਫ ਜਨਰਲ ਜੇ ਜੇ ਸਿੰਘ ਬਿਸ਼ਨ ਬੇਦੀ ਜੀ ਹੋਰ ਬਹੁਤ ਹੀ ਉੱਘੀਆਂ ਸ਼ਖਸੀਅਤਾਂ ਕੈਨੇਡਾ ਤੋਂ, ਅਮੈਰੀਕਾ ਤੋਂ, ਮਲੇਸ਼ੀਆ ਤੋਂ, ਇੱਥੋਂ ਤੱਕ ਵੀ ਕੀਨੀਆ ਮੰਗੋਲੀਆ ਤੋਂ ਵੀ ਔਰ ਮਲੇਸ਼ੀਆ ਤੋਂ ਜਿਹੜੇ ਦਿਓ ਸਾਹਿਬ ਸਾਡੇ ਮਿਨਿਸਟਰ ਨੇ ਉਹਨਾਂ ਦੇ ਮਦਰ ਔਰ ਮਿਸਟਰ ਥੈਰਾ ਸਾਹਿਬ ਜਿਹੜੇ ਐਗਰੀ ਕਿੰਗ ਨੇ ਯੂਨੀਵਰਸਿਟੀ ਦੇ, ਇੱਦਾਂ ਦੀਆਂ ਮਤਲਬ ਚੋਣਵੀਆਂ 50 ਉੱਗੀਆਂ ਪਰਸਨੈਲਿਟੀਆਂ ਨੂੰ ਅਸੀਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਇਹ ਇਸ ਲੜੀ ਦਾ ਆਖਰੀ ਸਮਾਗਮ WPO ਵੱਲੋਂ ਜਿਹਦੇ 'ਚ ਇਹਨਾਂ ਪੰਜਾਬੀਆਂ ਨੇ ਪੰਜਾਬ ਦਾ, ਭਾਰਤ ਦਾ ਨਾਂ ਦੁਨੀਆ ਭਰ ਦੇ ਵਿੱਚ ਰੋਸ਼ਨ ਕੀਤਾ ਔਰ ਆਪਣੀ ਕੌਮ ਲਈ, ਆਪਣੇ ਨੌਜਵਾਨਾਂ ਨੂੰ ਦੇ ਲਈ ਇੱਕ ਪ੍ਰੇਰਣਾ ਸਰੋਤ ਬਣੇ, ਉਹਨਾਂ ਨੂੰ ਡੈਡੀਕੇਟ ਇਹ ਪ੍ਰੋਗਰਾਮ ਅੱਜ ਕੀਤਾ ਗਿਆ। ਆਈ ਥਿੰਕ ਇਟਸ ਏ ਗ੍ਰੇਟ ਇਨੀਸ਼ੀਏਸ਼ਨ ਵਿਚ ਹੈਸ ਬਿਨ ਟੇਕਨ ਬਾਏ ਦੀ ਮਨੀਸ਼ ਮੀਡੀਆ ਐਂਡ ਵਰਲਡ ਪੰਜਾਬੀ। ਗੁਰੂ ਸਾਹਿਬ ਦੇ 550 ਸਾਲਾਂ 'ਤੇ ਜਿਹੜਾ ਅਸੀਂ ਉਹਨਾਂ ਦਾ ਗੁਰਪੁਰਬ ਮਨਾ ਰਹੇ ਹਾਂ ਜਗਤ ਗੁਰੂ ਗੁਰੂ ਨਾਨਕ ਦੇਵ ਸਾਹਿਬ ਦਾ, ਉਸ ਦਿਹਾੜੇ 'ਤੇ ਔਰ ਉਹਦੇ ਨਾਲ ਸਮਰਪਿਤ ਜਿਹੜਾ ਇਹ ਫੰਕਸ਼ਨ ਰੱਖਿਆ ਗਿਆ ਹੈ, ਮੈਂ ਸੋਚਦਾ ਕਿ ਇਹ ਦੁਨੀਆ ਦੇ ਹਰ ਕੋਨੇ 'ਚ ਬੜਾ ਅੱਛਾ ਮੈਸੇਜ ਦੇ